ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸੁਖਜੀਤ ਕੌਰ ਹੈ, ਮੈਂ APS ਕਾਲਜ ਨਰਸਿੰਗ ਮਲਸੀਆਂ ਵਿੱਚ ਪੜ੍ਹਦੀ ਹਾਂ। ਅਤੇ ਮੇਰਾ ਮੈਂ ਇੱਕ ਸਾਲ ਪਹਿਲਾਂ ਸਹਿਜ ਪਾਠ ਆਰੰਭ ਕੀਤਾ ਸੀ ਅਤੇ ਹੁਣ ਅੱਜ ਇੱਥੇ ਅਰਦਾਸ ਲਈ ਆਏ ਹਾਂ ਸਹਿਜ ਪਾਠ 'ਤੇ, ਅਤੇ ਅੱਜ ਮੇਰਾ ਦੂਸਰਾ ਸਹਿਜ ਪਾਠ ਇੱਥੇ ਆਰੰਭ ਹੋਵੇਗਾ। ਸਹਿਜ ਪਾਠ ਕਰਨ ਦੇ ਨਾਲ ਮੇਰੇ ਜੀਵਨ ਵਿੱਚ ਬਹੁਤ ਜ਼ਿਆਦਾ ਤਬਦੀਲੀ ਆਈ। ਸਹਿਜ ਪਾਠ ਕਰਨ ਦੇ ਨਾਲ ਉਹ ਰੂਹ ਦੀ ਖੁਰਾਕ ਬਣ ਗਿਆ ਹੈ ਸਹਿਜ ਪਾਠ। ਜਿਵੇਂ ਅਸੀਂ, ਮੈਨੂੰ ਇੱਦਾਂ ਲੱਗਦਾ ਹੈ ਕਿ ਅਸੀਂ ਗੁਰੂ ਸਾਹਿਬ ਦੇ ਨਾਲ ਹੀ ਗੱਲਾਂ ਕਰ ਰਹੇ ਹਾਂ। ਸਹਿਜ ਪਾਠ ਦੇ ਵਿੱਚ 6 ਗੁਰੂ ਸਾਹਿਬਾਨਾਂ ਦੀ ਬਾਣੀ ਹੈ ਅਤੇ ਇਸ ਦੇ ਨਾਲ ਮੈਨੂੰ ਦੇਖ ਕੇ ਮੈਨੂੰ ਸਹਿਜ ਪਾਠ ਕਰਦਿਆਂ ਦੇਖ ਕੇ ਮੇਰੇ ਘਰ ਦੇ ਵਿੱਚ ਮੇਰਾ ਛੋਟਾ ਭਰਾ ਹੈ ਅਤੇ ਮੇਰੀ ਛੋਟੀ ਭੈਣ ਹੈ, ਉਹਨਾਂ ਨੇ ਵੀ ਸਹਿਜ ਪਾਠ ਆਰੰਭ ਕੀਤਾ। ਜਦੋਂ ਮੈਂ ਸਹਿਜ ਪਾਠ ਕਰਦੀ ਹਾਂ ਤਾਂ ਮੇਰੇ ਭੈਣ ਭਰਾ ਵੀ ਮੇਰੇ ਕੋਲ ਆ ਕੇ ਬੈਠਦੇ ਅਤੇ ਉਹ ਵੀ ਸਰਵਣ ਕਰਦੇ ਹਨ। ਮੇਰੇ ਮਾਤਾ ਪਿਤਾ ਜੀ ਵੀ ਨੂੰ ਵੀ ਬਹੁਤ ਚੰਗਾ ਲੱਗਦਾ ਹੈ ਸਾਨੂੰ ਸਹਿਜ ਪਾਠ ਕਰਦਿਆਂ ਦੇਖ ਕੇ। ਫਿਰ ਉਸ ਤੋਂ ਬਾਅਦ ਮੇਰਾ ਭਰਾ ਵੀ ਅੰਮ੍ਰਿਤਧਾਰੀ ਹੋ ਗਿਆ। ਹਾਂਜੀ, ਅਤੇ ਫਿਰ ਸਹਿਜ ਪਾਠ ਕਰਨ ਦੇ ਨਾਲ ਮੇਰਾ ਜੀਵਨ ਬਹੁਤ ਹੀ ਚੰਗਾ ਬਣ ਗਿਆ ਹੈ। ਜਿਸ ਦਿਨ ਹੁਣ ਸਹਿਜ ਪਾਠ ਨਾ ਕਰੀਏ ਤਾਂ ਇੱਦਾਂ ਲੱਗਦਾ ਹੈ ਕਿ ਅੱਜ ਦਿਨ ਦੇ ਵਿੱਚ ਕੁਝ ਕੀਤਾ ਹੀ ਨਹੀਂ ਆ ਮੈਂ। ਹਾਂਜੀ ਬੇਟੇ, ਤੁਸੀਂ ਹੋਰ ਕਿੰਨੇ ਜਣਿਆਂ ਨੇ ਸਹਿਜ ਪਾਠ ਸ਼ੁਰੂ ਕੀਤਾ? ਮੈਂ ਤੁਹਾਡੇ ਘਰ ਵਿੱਚ ਇੱਕ, ਤੁਹਾਡਾ ਬ੍ਰਦਰ ਕਰਦਾ? ਹਾਂਜੀ, ਮੇਰਾ ਸਿਸਟਰ ਕਰਦੀ, ਮੰਮੀ ਪਾਪਾ ਵੀ ਸਹਿਜ ਪਾਠ ਕਰਦੇ ਨੇ? ਨਹੀਂ, ਉਹਨਾਂ ਨੂੰ ਅਸੀਂ ਜਦੋਂ ਅਸੀਂ ਸਹਿਜ ਪਾਠ ਕਰਦੇ ਹਾਂ ਉਹ ਸਾਡੇ ਕੋਲ ਬੈਠ ਕੇ ਸਾਨੂੰ ਸੁਣਦੇ ਨੇ। ਹਾਂਜੀ, ਅਤੇ ਬਾਕੀ ਕਾਲਜ ਦੇ ਵਿੱਚ ਵੀ ਹੋਰ ਵੀ ਜਿਹੜੇ ਨਾਲ ਮੇਰੀਆਂ ਕੁੜੀਆਂ ਨੇ ਕਾਲਜ ਦੇ ਵਿੱਚ, ਉਹਨਾਂ ਨੂੰ ਵੀ ਸਹਿਜ ਪਾਠ ਕਰਨ ਲਈ ਪ੍ਰੇਰਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।